ਇੱਕ ਦਿਨ ਮੈਂ ਜੇਲਮ ਦੇ ਇਲਾਕੇ 'ਚ ਤਕਰੀਰ ਕੀਤੀ ਅਤੇ ਮੈਂ ਉੱਥੇ ਗੁਸਤਾਖ ਨੂੰ ਕੁੱਤਾ ਕਹਿ ਦਿੱਤਾ। ਇਹ ਮੇਰੇ ਨਾਲ ਡਰਾਈਵਰ ਵੀ ਅਤੇ ਸਾਰੇ ਗਵਾਹ ਹਨ। ਜਦੋਂ ਅਸੀਂ ਘਰ ਉਤਰੇ ਨਾ ਨਵਾਂ ਕੋਟ ਤੋਂ ਥਾਣੇ ਤੋਂ ਥੱਲੇ ਨਮਾਜ਼ ਅਜੇ ਸੁਬਹ ਦੀ ਅਜੇ ਸੂਰਜ ਨਹੀਂ ਚੜਿਆ ਅਤੇ ਕੁੱਤਾ ਇੱਕ ਮੇਰੀ ਗੱਡੀ ਨੂੰ ਪੈ ਗਿਆ, ਕਦੀ ਇੱਧਰੋਂ ਪੈ ਜਾਏ ਕਦੀ ਇੱਧਰੋਂ ਪੈ ਜਾਏ। ਮੈਂ ਆਖਿਆ ਹੁਣ ਹੱਟਦਾ, ਤਿੰਨ ਚਾਰ ਫਰਲਾਂਗ ਉਹ ਨੱਸਦਾ ਰਿਹਾ। ਕਦੇ ਡਰਾਈਵਰ ਨੇ ਕੋਸ਼ਿਸ਼ ਕੀਤੀ ਉਹਨੂੰ ਥੱਲੇ ਦੇਣ ਦੀ, ਫਿਰ ਵੀ ਉਹ ਥੱਲੇ ਨਾ ਆਇਆ। ਮੈਂ ਕਿਹਾ ਇਹਨੂੰ ਹੋਇਆ ਕਿਵੇਂ ਕੁੱਤੇ ਨੂੰ? ਮੈਂ ਤਕਰੀਰ ਕੀਤੀ ਜੇਲਮ, ਮੈਂ ਕਿਹਾ ਗੁਸਤਾਖੇ ਰਸੂਲ ਹੈ ਜਿਵੇਂ ਮੈਂ ਕੁੱਤਾ ਕਿਹਾ, ਉਹ ਕੁੱਤਾ ਮੇਰੀ ਗੱਡੀ ਨੂੰ ਪੈ ਗਿਆ, ਆਇਆ ਨਾ ਉੱਥੇ ਜਦੋਂ ਮਸਜਿਦ ਦੇ ਅੱਗੇ ਅਤੇ ਅੱਗੇ ਗੱਡੀ ਦੇ ਅੱਗੇ ਖੜਾ ਹੋ ਗਿਆ। ਮੈਂ ਸੋਚਿਆ ਇਸ ਕੁੱਤੇ ਨੂੰ ਹੋਇਆ ਕਿ, ਫਿਰ ਮੈਂ ਸੋਚਿਆ, ਮੈਂ ਕਿਹਾ ਹੋ, ਮੈਂ ਤਾਂ ਗੁਸਤਾਖ ਨੂੰ ਕੁੱਤਾ ਕਹਿ ਦਿੱਤਾ। ਮੈਂ ਕਿਹਾ ਕੁੱਤਿਆ ਗਲਤੀ ਹੋ ਗਈ, ਅਤੇ ਉਹ ਕੁੱਤਾ ਟੁਰ ਪਿਆ। ਕਹਿਣ ਲੱਗਾ ਬਸ ਮੈਂ ਤੁਹਾਨੂੰ ਇਹੀ ਦੱਸਣਾ ਸੀ, ਅਸੀਂ ਗੁਸਤਾਖ ਨੇ।